ਚੋਰਾਂ ਵੱਲੋਂ ਕਿਸੇ ਧਾਰਮਿਕ ਸਥਾਨ ਨੂੰ ਵੀ ਹੁਣ ਨਹੀਂ ਬਖਸ਼ਿਆ ਜਾ ਰਿਹਾ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਮੰਦਰਾਂ ਦੇ ਵਿੱਚ ਵੜ ਕੇ ਅੰਜਾਮ ਦਿੱਤਾ ਜਾ ਰਿਹਾ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਜਦੋਂ ਇਹਨਾਂ ਚੋਰਾਂ ਨੇ ਇੱਕ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਮੰਦਰ ਦੇ ਵਿੱਚ ਪਏ 4 ਗੋਲਕਾਂ ਨੂੰ ਤੋੜ ਕੇ ਗੋਲਕਾਂ ਦੇ ਵਿੱਚ ਪਈ ਦਾਨ ਰਾਸ਼ੀ ਨੂੰ ਚੋਰੀ ਕਰਕੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਮੰਦਰ ਦੇ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਚੋਰ ਰੱਸੀ ਦੀ ਸਹਾਇਤਾ ਦੇ ਨਾਲ ਮੰਦਰ ਦੇ ਅੰਦਰ ਵੜਦਾ ਹੈ, ਜਿਸ ਨੇ ਆਪਣੇ ਮੂੰਹ ਨੂੰ ਮਾਸਕ ਦੇ ਨਾਲ ਢੱਕਿਆ ਹੁੰਦਾ ਹੈ ਅਤੇ ਆਪਣੇ ਸਾਥੀ ਦੇ ਨਾਲ ਇਸ਼ਾਰਿਆਂ ਦੇ ਵਿੱਚ ਹੀ ਗੱਲ ਕਰ ਰਿਹਾ ਹੁੰਦਾ ਹੈ ਅਤੇ ਮੰਦਰ ਦੇ ਵਿੱਚੋਂ ਇੱਕ ਇੱਕ ਕਰਕੇ ਗੋਲਕ ਬਾਹਰ ਚੁੱਕ ਕੇ ਲੈ ਕੇ ਆਉਂਦਾ ਹੈ ਤੇ ਬਾਅਦ ਦੇ ਵਿੱਚ ਸੀਸੀਟੀਵੀ ਨੂੰ ਹੀ ਕੱਪੜੇ ਦੇ ਨਾਲ ਢੱਕ ਦਿੰਦਾ ਹੈ ਤਾਂ ਜੋ ਸਾਰੀ ਵਾਰਦਾਤ ਕੈਦ ਨਾ ਹੋ ਸਕੇ ਅਤੇ ਪੈਸੇ ਲੈ ਕੇ ਇਹ ਰਫੂ ਚੱਕਰ ਹੋ ਜਾਂਦੇ ਨੇ। ਇਹ ਘਟਨਾ ਜਲੰਧਰ ਦੀ ਘਾਸ ਮੰਡੀ ਤੋਂ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਚੋਰਾਂ ਨੇ ਦੇਰ ਰਾਤ 12 ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਚੋਰ ਇੰਨੇ ਸ਼ਾਤਰ ਸੀ ਕਿ ਉਹਨਾਂ ਨੇ ਪਹਿਲਾਂ ਮੰਦਰ ਦੇ ਚਾਰੇ ਪਾਸੇ ਦਰਵਾਜ਼ਿਆਂ ਨੂੰ ਕੁੰਡੀ ਲਗਾ ਕੇ ਬੰਦ ਕਰ ਦਿੱਤਾ, ਜਿਸ ਦੇ ਬਾਅਦ ਬੈੱਡ ਦੀ ਚਾਦਰ ਦੇ ਨਾਲ ਗੋਲਕਾਂ ਨੂੰ ਬੰਨ੍ਹ ਕੇ ਉੱਪਰ ਖਿੱਚਿਆ ਗਿਆ ਤੇ ਗੋਲਕਾਂ ਦੇ ਵਿੱਚੋਂ ਪੈਸੇ ਕੱਢ ਕੇ ਫਰਾਰ ਹੋ ਗਏ। ਹਾਲਾਂਕਿ ਮੰਦਰ ਦੇ ਪ੍ਰਬੰਧਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ, ਮੌਕੇ ਤੇ ਪੁਲਿਸ ਵੀ ਪਹੁੰਚੀ, ਪਰ ਪੁਲਿਸ ਲੋਕਾਂ ਨੂੰ ਹੀ ਚੋਰ ਨੂੰ ਪਹਿਚਾਨਣ ਨੂੰ ਕਹਿਣ ਲੱਗੀ, ਜਿਸ ਕਾਰਨ ਮੰਦਰ ਪ੍ਰਬੰਧਕ ਤੇ ਲੋਕਾਂ ਦਾ ਗੁੱਸਾ 7ਵੇਂ ਆਸਮਾਨ ਤੇ ਪਹੁੰਚ ਗਿਆ ਅਤੇ ਉਹਨਾਂ ਨੇ ਕਿਹਾ ਕਿ ਜੇ ਉਹਨਾਂ ਨੂੰ ਚੋਰਾਂ ਦੇ ਬਾਰੇ ਪਤਾ ਹੁੰਦਾ ਤਾਂ ਉਹ ਪੁਲਿਸ ਨੂੰ ਕਿਉਂ ਸੂਚਨਾ ਦਿੰਦੇ, ਉਹ ਖੁਦ ਹੀ ਚੋਰਾਂ ਨੂੰ ਲੱਭ ਕੇ ਕਾਬੂ ਕਰ ਲੈਂਦੇ। ਹੈਰਾਨੀ ਦੀ ਗੱਲ ਇਹ ਹੈ ਕਿ ਮੰਦਰ ਤੋਂ ਕੁਝ ਹੀ ਦੂਰੀ ਤੇ ਪੁਲਿਸ ਦਾ ਨਾਕਾ ਵੀ ਲੱਗਿਆ ਹੋਇਆ ਸੀ, ਪਰ ਚੋਰ ਬੇਖੌਫ ਹੋ ਕੇ ਰਾਤ ਨੂੰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ, ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ। ਇਸ ਮੌਕੇ ਮੰਦਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੁਲਿਸ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਉਹਨਾਂ ਖਿਲਾਫ ਸਖ਼ਤ ਕਾਰਵਾਈ ਕਰੇ। ਜੀ ਪੰਡਿਤ ਜੀ, ਨਾਮ ਕੀ ਆਪਣਾ ਜੀ? ਮੇਰਾ ਪੰਡਿਤ ਨੀਲ ਸ਼ਰਮਾ ਜੀ। ਪੰਡਿਤ ਜੀ, ਕੀ ਮਾਮਲਾ ਕੀ ਹੈ ਸਾਰਾ, ਵੀ ਕਿਹਨਾਂ ਦਾ ਅੱਗੇ ਪੜ ਜੀ? ਸਰ, ਮੈਂ ਸਵੇਰੇ ਮੰਦਰ ਖੋਲ੍ਹਣ ਆਇਆ ਅਤੇ ਅੰਦਰ ਕੁੰਡੀ ਲੱਗੀ ਹੋਈ ਸੀ ਜੀ। ਫਰੰਟ ਗੇਟ ਖੋਲ੍ਹਿਆ ਅਤੇ ਕੁੰਡੀ ਲੱਗੀ ਹੋਈ ਨੇ, ਅਤੇ ਮੈਂ ਧੱਕਾ ਮਾਰ ਕੇ ਜ਼ੋਰ ਲਾ ਕੇ ਬੂਹਾ ਖੋਲ੍ਹਿਆ ਜੀ, ਅਤੇ ਅੰਦਰ ਆ ਕੇ ਦੇਖੇ ਸਾਰੇ ਗੱਲੇ ਗਏ, ਚੋਰੀ ਹੋ ਚੁੱਕੇ ਸੀਗੇ, ਅਤੇ ਫਰੰਟ ਗੇਟ ਦੇਖਿਆ, ਫਰੰਟ ਗੇਟ ਬੰਦ ਸੀਗਾ ਜੀ। ਸਾਰੇ ਪਾਸੇ ਦੇਖਿਆ ਕਿ ਅੰਦਰ ਤਾਂ ਕੋਈ ਬਾਹਰ ਤੋਂ ਕੋਈ ਅੰਦਰ ਆਇਆ ਨਹੀਂ, ਗੇਟ ਲੱਗੇ ਹੋਏ ਆ, ਅਤੇ ਮੰਦਰ ਦੇ ਪੁਲਿਸ ਸ਼ੰਕਰ ਦੇ ਅੰਦਰ ਗਿਆ ਤਾਂ ਉੱਥੇ ਦੇਖਿਆ ਕਿ ਬਾਰੀ ਖੁੱਲ੍ਹੀ ਹੋਈ ਹੈ, ਅਤੇ ਬਾਰੀ ਖੁੱਲ੍ਹੀ ਤਾਂ ਮੈਨੂੰ ਸ਼ੱਕ ਹੋਇਆ ਉੱਥੋਂ, ਤੈਨੂੰ ਕੈਮਰੇ ਖੋਲ੍ਹੇ ਜੋ ਇਹ ਕਹਿੰਦੇ ਰੱਸੀ ਵਗੈਰਾ ਲਮਕੀ, ਤੁਸੀਂ ਦੇਖੀ, ਖੁਦ ਦੇਖੀ ਰੱਸੀ? ਹਾਂਜੀ, ਰੱਸੀ ਦੇਖੀ, ਕੈਮਰਾ ਦੇਖੇ ਜੀ, ਮੈਂ ਕੈਮਰੇ ਖੋਲ੍ਹੇ, ਕੈਮਰੇ 'ਚ ਆਇਆ ਕਿ ਚੋਰ ਰੱਸੀ ਪਾ ਕੇ ਥੱਲੇ ਆਇਆ। ਕਿੰਨੇ ਜਾਣੇ ਚੋਰੀ ਦੀ ਵਾਰਦਾਤ ਨੂੰ ਥੱਲੇ? ਸਰ, ਇੱਕ ਬੰਦਾ ਹੀ ਆਇਆ, ਉੱਪਰ ਕਿੰਨੇ ਮੈਂ ਕਹਿ ਨਹੀਂ ਸਕਦਾ। ਠੀਕ ਹੈ ਜੀ, ਗੱਲੇ ਉੱਪਰ ਚੱਕੇ ਆ, ਉੱਦਾਂ ਹੀ ਵੇਟ ਦਾ 25-30 ਕਿਲੋ ਹੈਗਾ। ਪੰਡਿਤ ਜੀ, ਕਿੰਨਾ ਕੁ ਨੁਕਸਾਨ ਹੋ ਗਿਆ? ਸਰ, ਕਮੇਟੀ ਦੱਸ ਸਕਦੀ ਕਿੰਨਾ ਹੁੰਦਾ ਟੋਟਲ? ਕਿੰਨੇ ਗੱਲੇ ਜਿਹੜੇ ਟੋਟਲ ਕਿੰਨੇ ਗੱਲੇ? 4-5 ਗੱਲੇ ਸੀਗੇ ਜੀ ਚੋਰੀ ਹੋਏ ਆ। ਠੀਕ ਹੈ ਜੀ, ਦੇਖੋ ਉੱਪਰ ਆ ਕੇ ਤੋੜਤੇ ਆ, ਨੁਕਸਾਨ ਕਰਕੇ ਚਲੇ ਗਏ। ਕੋਈ ਐਸਟੀਮੇਟ ਕਿੰਨਾ ਕੁ ਤੁਹਾਨੂੰ ਲੱਗ ਰਿਹਾ ਕੁਛ? ਮੈਂ ਇਹ 'ਚ ਕੁਛ ਨਹੀਂ ਦੱਸ ਸਕਦਾ ਭਾਅ ਜੀ, ਮੰਦਰ ਕਮੇਟੀ ਕਿਹੜਾ ਥਾਣਾ ਕਿਹੜਾ ਪੈਂਦਾ ਪੰਡਿਤ ਜੀ? ਇਹਨਾਂ ਨੂੰ 5 ਨੰਬਰ ਥਾਣਾ ਪੈਂਦਾ ਜੀ, 5 ਨੰਬਰ ਦੇ ਨਾਲ ਹੀ ਜਿਸ ਤਰ੍ਹਾਂ ਕਹਿੰਦੇ 5 ਨੰਬਰ ਥਾਣਾ ਪੈਂਦਾ ਵੇ, ਬਿਲਕੁਲ ਇਹਦਾ ਘਾ ਮੁੰਡੇ ਚੁੰਗੀ ਦੇ ਕੋਲ ਨਾਕਾ ਲੱਗਾ ਹੁੰਦਾ ਵੇ, ਕੋਲ ਨਾਕਾ ਲੱਗਾ ਹੁੰਦਾ, ਪੰਪ ਦੇ ਕੋਲ PCR ਗੱਡੀ ਲੱਗੀ ਹੁੰਦੀ ਹੈ, ਤਾਂ ਵੀ ਇੱਥੇ ਵਾਰਦਾਤ ਹੋ ਗਈ ਹੈ, ਇੰਨੀ ਹੈਰਾਨੀ ਦੀ ਗੱਲ ਹੈਗੀ ਜੀ। ਕਰੀਬ ਟਾਈਮ ਸੀਸੀਟੀਵੀ ਦੇ ਕਿੰਨੇ ਵਜੇ ਦਾ ਆ ਰਿਹਾ ਵਾਰਦਾਤ? 12 ਵਜੇ ਦਾ ਆ ਰਿਹਾ ਜੀ। ਓਕੇ, ਅਤੇ ਆਪਣਾ ਮੰਦਰ ਦਾ ਨਾਮ ਬੋਲ ਦਿਓ। ਸ਼ਿਵ ਮੰਦਿਰ ਭਗਤ ਦੀ ਖੋਈ ਜੀ, ਕਾਲਾ ਸਿੰਘਾ ਰੋਡ, 32 ਸ਼ਹੀਦ ਜਲੰਧਰ।
ਆਪਣਾ ਜੀ? ਮੇਰਾ ਨਾਮ ਸੋਨੂੰ ਵਰਮਾ। ਸੋਨੂੰ ਵਰਮਾ ਜੀ, ਕੀ ਮਾਮਲਾ ਕੀ ਹੈ ਸਰ? ਮਾਮਲਾ ਜੋ ਹੈ ਜੀ, ਸ਼ਿਵ ਮੰਦਿਰ ਭਗਤ ਦੀ ਕੋਈ ਜਦੋਂ ਸਵੇਰੇ 5:30 ਵਜੇ ਪੰਡਿਤ ਜੀ ਨੇ ਦਰਬਾਰ ਮੰਦਿਰ ਦਾ ਖੋਲ੍ਹਣਾ ਚਾਹਿਆ ਜੀ, ਅਤੇ ਅੰਦਰੋਂ ਤਾਲਾ ਲੱਗਿਆ ਮਿਲਿਆ ਉਹਨਾਂ ਨੂੰ ਜੀ। ਜਦੋਂ ਤਾਲਾ ਲੱਗਿਆ ਮਿਲਿਆ, ਉਹ ਘਬਰਾ ਗਏ ਕੀ ਹੋ ਗਿਆ, ਅਤੇ ਤਾਲਾ ਧੱਕੇ ਧੁੱਕੇ ਮਾਰ ਕੇ ਖੋਲ੍ਹਿਆ ਗਿਆ। ਤਾਲਾ ਜਦੋਂ ਖੋਲ੍ਹਿਆ ਗਿਆ, ਉਹਨਾਂ ਨੇ ਦੇਖਿਆ ਕਿ ਕੋਈ ਵੀ ਗੱਲਾਂ ਮੰਦਿਰ ਦੇ ਵਿੱਚ ਮੌਜੂਦ ਨਹੀਂ ਹੈਗਾ। ਜਦੋਂ ਗੱਲਾਂ ਨਹੀਂ ਮੌਜੂਦ ਸੀਗਾ ਕਿ ਮੰਦਿਰ ਦੇ ਇੱਥੇ ਸ਼ਿਵਲਿੰਗ ਹੈਗਾ, ਸ਼ਿਵਲਿੰਗ ਦੇ ਉੱਪਰ ਬਿਲਕੁਲ ਐਗਜ਼ਾਸਟ ਫੈਨ ਛੱਡਿਆ ਹੋਇਆ ਸੀ ਜਿਹਦੀ ਹਵਾ ਬਾਹਰ ਨਿਕਲਣ ਵਾਸਤੇ, ਦੇਖਿਆ ਗਿਆ ਤਾਂ ਉਹ ਖੁੱਲ੍ਹਿਆ ਸੀ। ਅਤੇ ਪੰਡਿਤ ਜੀ ਉੱਪਰ ਮੰਦਿਰ ਦੇ ਬੁਰਜੀ ਦੇ ਕੋਲ ਆ ਕੇ ਦੇਖਿਆ ਗਿਆ, ਅਤੇ 4 ਗੱਲੇ ਜਿਹੜੇ ਮੰਦਿਰ ਦੇ, ਉਹ ਮੰਦਿਰ ਦੇ ਬਿਲਕੁਲ ਉੱਪਰ ਦਰਬਾਰ ਦੇ ਉੱਪਰ ਪਏ ਹੋਏ ਸੀਗੇ ਔਰ ਖੁੱਲ੍ਹੇ ਹੋਏ ਸੀ, ਉਹਨਾਂ ਵਿੱਚ ਕੋਈ ਵੀ ਪੈਸਾ ਨਹੀਂ ਸੀਗਾ। ਫਿਰ ਆ ਕੇ CCTV ਕੈਮਰਾ ਚੈੱਕ ਕੀਤਾ ਗਿਆ, ਔਰ ਜਦੋਂ ਕੈਮਰਾ ਚੈੱਕ ਕੀਤਾ ਗਿਆ ਅਤੇ ਮੰਦਿਰ ਦਾ ਜਿਹੜਾ CCTV ਮੇਨ ਹੈ ਸ਼ਿਵਲਿੰਗ ਦੇ ਕੋਲ, ਉਹਦੇ ਵਿੱਚ ਇੱਕ ਸ਼ਖਸ ਜੋ ਮੰਦਿਰ ਦੇ ਸ਼ਿਵਲਿੰਗ ਦੇ ਉੱਪਰੋਂ ਦੀ ਥੱਲੇ ਉਤਰਦਾ ਹੋਇਆ ਨਜ਼ਰ ਆਇਆ ਔਰ ਗੱਲੇ ਚੱਕਦਾ ਹੋਇਆ, ਚੱਕ ਕੇ ਇੱਕ ਇੱਕ ਗੱਲਾਂ ਕਰਕੇ ਉਹਨੇ ਉੱਪਰ ਜਿਹੜੇ ਉਹਦੇ ਸਾਥੀ ਸੀ ਉਹਨਾਂ ਨੂੰ ਫੜਾਇਆ ਔਰ ਫੜਾ ਕੇ ਗੱਲੇ ਬਿਲਕੁਲ ਸਾਫ਼ ਕਰਕੇ ਚਲੇ ਗਏ ਨੇ। ਇਹ ਘਟਨਾ ਹੈਗੀ ਹੈ ਵੈਸਟ ਹਲਕੇ ਦੀ ਭਗਤ ਦੀ ਖੂਹੀ ਸ਼ਿਵ ਮੰਦਿਰ ਕਾਲਾ ਸਿੰਘਾਂ ਰੋਡ ਦੀ। ਕਰੀਬ ਕਿੰਨਾ ਕੁ ਲੱਗ ਰਿਹਾ ਜੋ ਗੱਲੇ ਦੇ ਵਿੱਚ? ਸਾਵਣ ਬੀਤਿਆ ਹੁਣੇ ਸਾਵਣ ਤੋਂ ਬਾਅਦ ਨਾਲ ਹੀ ਜਮ੍ਹਾਂ ਅਸ਼ਟਮੀ ਬੀਤੀ ਹੈ। ਗੱਲੇ ਹਾਲੇ ਕਮੇਟੀ ਨੇ ਖੋਲ੍ਹਣੇ ਸੀ, ਸਾਡੇ ਟਿੰਕੂ ਜੁਲਕਾ ਜੀ, ਸਿਆਲ ਸਾਹਿਬ ਸਾਰਿਆਂ ਨੇ ਖੋਲ੍ਹਣੇ ਸੀਗੇ ਕਿਉਂਕਿ ਥੋੜ੍ਹੇ ਬਿਜ਼ੀ ਸੀਗੇ। ਉਹ ਅੱਜ ਕੱਲ੍ਹ ਦੇ ਵਿੱਚ ਖੋਲ੍ਹਣੇ ਸੀਗੇ, ਜਾਂ ਤਾਂ ਉਹਨੂੰ ਇਹ ਭਨਕ ਸੀ ਕਿ ਹਾਲੇ ਗੱਲੇ ਨਹੀਂ ਖੁੱਲ੍ਹੇ ਤਾਂ ਕਰਕੇ, ਜਾਂ ਕੋਈ ਭੇਤੀ ਸੀਗਾ। ਔਰ ਜਦੋਂ ਪੰਜਾਬ ਪੁਲਿਸ ਆਪਾਂ ਬੁਲਾਈ, ਉਹ ਕਹਿੰਦੇ ਕਿ ਤੁਸੀਂ ਪਹਿਚਾਣ ਕੇ ਸਾਨੂੰ ਦੱਸੋ। ਪੁਲਿਸ ਦਾ ਕਹਿਣਾ ਹੈ ਤੁਹਾਨੂੰ? ਹਾਂ, ਪੁਲਿਸ ਦਾ ਕਹਿਣਾ ਕਿ ਪਹਿਚਾਣ ਕੇ ਸਾਨੂੰ ਦੱਸੋ ਕਿ ਕਿਹੜੇ ਬੰਦੇ ਨੇ ਜੇ ਅਸੀਂ ਇਹ ਕੰਮ ਕਰਨਾ, ਅਤੇ ਪੰਜਾਬ ਪੁਲਿਸ ਕਾਹਦੀ ਤਨਖਾਹ ਪੰਜਾਬ ਗੌਰਮੈਂਟ ਕੋਲੋਂ ਲੈਂਦੀ ਹੈ? ਇਹ ਵੀ ਗੱਲ ਕਹਿ ਗਏ ਨੇ ਉਹ ਕਿ ਜੇ ਤੁਸੀਂ ਕੰਪਲੇਂਟ ਲਿਖਾਣੀ ਤਾਂ ਲਿਖਾਓ, ਜੇ ਨਹੀਂ ਲਿਖਾਣੀ ਤਾਂ ਕੋਈ ਦੇਖ ਲਓ, ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਲਿਖਾ ਦਿਓ। ਨਾਮ ਪਤਾ ਨਾ ਇੰਸਪੈਕਟਰ ਵੀ ਨਾਮ ਨਹੀਂ ਪਤਾ ਸਾਡੇ ਇਸ ਭਾਜੀ ਨੂੰ ਪਤਾ ਨਾ ਕਿਹੜੇ ਥਾਣੇ 'ਚ ਹੋਣਾ ਚਾਹੀਦਾ ਸੀ? 5 ਨੰਬਰ ਥਾਣੇ ਤੋਂ। ਸੋ ਇਹ ਗੱਲ ਹੋਰ ਦੱਸਿਓ, ਵੈਸਟ ਲੱਗੇ ਦਾ ਅਤੇ 5 ਨੰਬਰ ਡਿਵੀਜ਼ਨ ਦਾ ਥਾਣਾ ਵੀ ਨਾਲ ਹੀ ਆਪਣਾ ਨਾਕਾ ਲੱਗਦਾ, ਅਤੇ ਬਿਲਕੁਲ ਘਾਮ ਵੱਡੀ ਚੁੰਗੀ ਅਤੇ ਫਿਰ ਵੀ ਸਾਡੇ ਮੰਦਿਰ ਦੇ ਬਿਲਕੁਲ ਸਾਹਮਣੇ ਰਾਤ ਨੂੰ 10 ਵਜੇ ਤੋਂ ਬਾਅਦ PCR ਦੀ ਵੈਨ ਖੜੀ ਹੁੰਦੀ ਹੈ ਔਰ ਨਾਕਾ ਲੱਗਦਾ ਘਾਮ ਵੱਡੀ ਚੁੰਗੀ ਦੇ ਉੱਤੇ। ਪਰ 12 ਵਜੇ ਦੀ ਇਹ ਘਟਨਾ, ਕਿਉਂਕਿ ਵੈਸਟ ਹਲਕੇ ਦਾ ਇੰਨਾ ਕਿ ਮਾੜਾ ਹਾਲਾਤ ਹੋ ਚੁੱਕਿਆ, ਤੁਸੀਂ ਆਪ ਜਾਣਦੇ ਹੋ ਕਿ ਦੁਪਹਿਰੇ ਵੀ ਬੱਚੇ ਨੂੰ ਕਿਸੇ ਨੇ ਬਾਹਰ ਜਾਣਾ, ਉਹਨੂੰ ਕਹਿੰਦਾ ਕਿ ਫੋਨ ਜੇਬ 'ਚ ਪਾ ਕੇ ਰੱਖੇ, ਸੁਣੀ ਨਾ ਕਿਸੇ ਦਾ, ਕਿਉਂਕਿ ਇਹ ਵੈਸਟ ਹਲਕੇ ਦੇ ਹਾਲਾਤ ਨੇ। ਸਾਰੀ ਘਟਨਾ CCTV ਕੈਮਰੇ 'ਚ ਕੈਦ ਹੈ? ਹਾਂ, CCTV ਕੈਮਰੇ 'ਚ ਪਤਾ ਲੱਗ ਰਿਹਾ ਕਿੰਨੇ ਬੰਦੇ ਵਾਰਦਾਤ ਨੂੰ ਅੰਜਾਮ ਦੇ ਰਹੇ। ਘੱਟੋ ਘੱਟ 5 ਤੋਂ 6 ਬੰਦੇ ਦੀ ਟੀਮ ਸੀਗੀ ਇਹ ਕੰਮ ਕਰਨ ਵਾਲੀ, ਕਿਉਂਕਿ ਇਹ ਪੂਰੇ ਪਲੈਨਿੰਗ ਨਾਲ ਕੰਮ ਹੋਇਆ, ਕਿਉਂਕਿ ਮੰਦਿਰ ਦੀ ਬੁਰਜੀ ਦੇਖੋ ਤੁਸੀਂ ਕਿੱਡੀ ਉੱਚੀ ਹੈ, ਕਿੰਨੇ ਫੁੱਟ ਕਿੰਨੇ ਨੀਚੇ ਹੈ, ਕਿਸ ਤਰ੍ਹਾਂ ਗਏ ਨੀਚੇ, ਪੌੜੀ ਤਾਂ ਨਹੀਂ? ਰੱਸੀ ਲਗਾ ਕੇ ਜੀ, ਤੁਹਾਨੂੰ CCTV ਦਿੰਦੇ ਹਾਂ, ਰੱਸੇ ਲਗਾ ਕੇ ਥੱਲੇ ਗਏ ਨੇ। ਠੀਕ ਹੈ, ਰੱਸੇ ਲਗਾ ਕੇ ਉੱਪਰ ਚੜੇ ਨੇ ਵਾਪਸ। ਠੀਕ ਹੈ ਜੀ।